हाँ जी बेटा, चौथा फोर्थ चैप्टर ਦਾ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ, ਸੌਫਟਵੇਅਰ ਕਨਸੈਪਟ। ਪਹਿਲਾਂ ਆਪਾਂ ਨੇ ਹਾਂ ਜਿਹੜਾ ਥਰਡ ਚੈਪਟਰ ਕੀਤਾ ਸੀ ਉਹ ਹਾਰਡਵੇਅਰ ਕਨਸੈਪਟ ਕੀਤਾ ਸੀਗਾ, ਚੌਥਾ ਚੈਪਟਰ ਤੁਹਾਡਾ ਹੈਗਾ ਹੈ ਸੌਫਟਵੇਅਰ ਕਨਸੈਪਟ। ਸੌਫਟਵੇਅਰ ਕੀ ਹੈਗਾ ਹੈ? ਸੌਫਟਵੇਅਰ ਕੀ ਹੈ? ਪ੍ਰੋਗਰਾਮਾਂ ਦਾ ਸਮੂਹ ਹੁੰਦਾ ਹੈ, ਗਰੁੱਪ ਹੁੰਦਾ ਹੈ, ਜਿਹੜਾ ਕਿ ਕਿਸੇ ਵੀ ਪਾਰਟੀਕੂਲਰ ਜਾਂ ਸਪੈਸੀਫਿਕ ਪ੍ਰੋਬਲਮ ਨੂੰ ਹੱਲ ਕਰਦੇ ਹੈ ਜਾਂ ਕਿਸੇ ਵੀ ਵਿਸ਼ੇਸ਼ ਕਿਸੇ ਵੀ ਸਪੈਸੀਫਿਕ ਕੰਮ ਨੂੰ ਕਰਨ ਦੇ ਲਈ ਬਣਾਏ ਜਾਂਦੇ ਨੇ। ਜਿਵੇਂ ਵਰਡ ਪ੍ਰੋਸੈਸਿੰਗ ਪੈਕੇਜ ਹੈ, ਉਸਦੇ ਵਿੱਚ ਕਿਸੇ ਵੀ ਟੈਕਸਟ ਨੂੰ ਐਡਿਟ ਕਰਨਾ, ਫਾਰਮੈਟ ਕਰਨਾ, ਗ੍ਰਾਫਿਕ ਕਰਨਾ, ਇਸਦੇ ਵਿੱਚ ਉਹ ਸਾਰੇ ਪ੍ਰੋਗਰਾਮ ਹੁੰਦੇ ਨੇ। ਇੱਕ ਜਿਹੜਾ ਹੈਗਾ ਹੈ ਮਲਟੀ ਓਬਜੈਕਟਿਵ ਜਿਹੜਾ ਕੰਪਿਊਟਰ ਸਿਸਟਮ ਹੈ, ਉਸਦੇ ਵਿੱਚ ਬਹੁਤ ਸਾਰੇ ਸੋਫਟਵੇਅਰ ਪੈਕੇਜਿਸ ਹੁੰਦੇ ਨੇ ਔਰ ਹਰ ਇੱਕ ਕੰਮ ਦੇ ਲਈ ਇੱਕ ਅਲੱਗ ਜਿਹੜਾ ਹੈਗਾ ਸੋਫਟਵੇਅਰ ਹੁੰਦਾ ਹੈਗਾ। ਜਾਣੀ ਕਿ ਆਪਾਂ ਕੀ ਕਹਿ ਸਕਦੇ ਹਾਂ ਕਿ ਸੋਫਟਵੇਅਰ ਪ੍ਰੋਗਰਾਮਾਂ ਦਾ ਸਮੂਹ ਹੁੰਦਾ ਹੈਗਾ ਜਿਹੜਾ ਕਿ ਕਿਸੇ ਵੀ ਸਪੈਸ਼ਲ ਪ੍ਰੋਬਲਮ ਨੂੰ ਹੱਲ ਕਰਨ ਦੇ ਲਈ ਬਣਾਇਆ ਜਾਂਦਾ ਹੈਗਾ। ਨੈਕਸਟ ਸਾਡਾ ਆ ਜਾਂਦਾ ਹੈਗਾ ਸੋਫਟਵੇਅਰ ਦੀ ਜਿਹੜੀਆਂ ਮੇਨ ਕਿਸਮਾਂ ਕਿਹੜੀਆਂ ਕਿਹੜੀਆਂ ਨੇ। ਕੰਪਿਊਟਰ ਸਿਸਟਮ ਦੇ ਅਕੋਰਡਿੰਗਲੀ ਜਿਹੜੇ ਯੂਜ਼ ਕੀਤੇ ਜਾਣ ਵਾਲੇ ਸੋਫਟਵੇਅਰ ਨੇ ਉਹਨਾਂ ਨੂੰ ਆਪਾਂ ਤਿੰਨ ਹਿੱਸਿਆਂ ਦੇ ਵਿੱਚ ਵੰਡ ਸਕਦੇ ਹਾਂ। ਇੱਕ ਹੈਗਾ ਐਪਲੀਕੇਸ਼ਨ ਸੋਫਟਵੇਅਰ, ਦੂਸਰਾ ਹੈਗਾ ਸਿਸਟਮ ਸੋਫਟਵੇਅਰ, ਥਰਡ ਹੈ ਸਰਵਿਸ ਸੋਫਟਵੇਅਰ। ਠੀਕ ਹੈ, ਅੱਗੇ ਥਰਡ ਕੁਐਸਚਨ ਤੁਹਾਡਾ ਆ ਜਾਂਦਾ ਹੈ ਡਾਇਗ੍ਰਾਮ। ਇਹ ਜਿਹੜੀ ਡਾਇਗ੍ਰਾਮ ਹੈ ਜਿਹੜੀ ਆਪਾਂ ਨੇ ਕੀਤੀ ਹੈ ਐਪਲੀਕੇਸ਼ਨ ਸੋਫਟਵੇਅਰ, ਸਿਸਟਮ ਸੋਫਟਵੇਅਰ ਤੇ ਸਰਵਿਸ ਸੋਫਟਵੇਅਰ, ਅੱਗੇ ਜਿਹੜੇ ਨੇ ਕਈ ਪਾਰਟਸ ਦੇ ਵਿੱਚ ਡਿਵਾਈਡਡ ਨੇ। ਜਿਵੇਂ ਐਪਲੀਕੇਸ਼ਨ ਸੋਫਟਵੇਅਰ ਹੈ ਉਸਦੇ ਵਿੱਚ ਵਰਡ ਪ੍ਰੋਸੈਸਿੰਗ ਐਪਲੀਕੇਸ਼ਨ ਆ ਜਾਂਦੀ ਹੈ, ਸਪਰੈਡਸ਼ੀਟ ਆ ਜਾਂਦੀ ਹੈ, DBMS ਆ ਜਾਂਦੀ ਹੈ, ਕਮਿਊਨੀਕੇਸ਼ਨ ਐਪਲੀਕੇਸ਼ਨ ਆ ਜਾਂਦੀ ਹੈ, ਗ੍ਰਾਫਿਕ ਪ੍ਰੈਜੈਂਟੇਸ਼ਨ, ਇੰਟੀਗ੍ਰੇਟਿਡ ਇੰਟਰਟੇਨਮੈਂਟ ਐਂਡ ਐਜੂਕੇਸ਼ਨ ਐਪਲੀਕੇਸ਼ਨ। ਤੇ ਸਿਸਟਮ ਸੋਫਟਵੇਅਰ ਦੇ ਵਿੱਚ ਜਿਹੜੇ ਸਿਸਟਮ ਨੂੰ ਚਲਾਉਣ ਵਾਸਤੇ ਵਰਤੇ ਜਾਂਦੇ ਨੇ, ਇਸ ਦੇ ਵਿੱਚ ਤੁਹਾਡੇ OS ਓਪਰੇਟਿੰਗ ਸਿਸਟਮ ਆ ਜਾਂਦੇ ਨੇ, ਲੈਂਗੁਏਜਿਸ ਪ੍ਰੋਸੈਸਰ ਆ ਜਾਂਦੇ ਨੇ, ਜਿਵੇਂ ਅਸੈਂਬਲਰ ਹੋ ਗਿਆ, ਕੰਬਾਈਲਰ ਹੋ ਗਿਆ, ਇੰਟਰਪ੍ਰੇਟਰ ਹੋ ਗਿਆ, ਤੇ ਡਿਵਾਈਸ ਡਰਾਈਵਰਸ ਆ ਜਾਂਦੇ ਨੇ। ਥਰਡਲੀ ਤੁਹਾਡਾ ਆ ਜਾਂਦਾ ਸਰਵਿਸ ਸੋਫਟਵੇਅਰ, ਸਰਵਿਸ ਜਾਂ ਯੂਟੀਲਿਟੀ ਸੋਫਟਵੇਅਰ ਵੀ ਕਈ ਵਾਰ ਇਸਨੂੰ ਕਹਿ ਦਿੰਦੇ, ਜਿਹੜੇ ਫਾਇਦੇ ਦਿੰਦੇ ਨੇ। ਇਹਦੇ ਵਿੱਚ ਤੁਹਾਡੇ ਯੂਟੀਲਿਟੀ ਪ੍ਰੋਗਰਾਮ ਆ ਜਾਂਦੇ ਨੇ, ਬੈਕਅਪ ਯੂਟੀਲਿਟੀਜ਼ ਆ ਜਾਂਦੀਆਂ ਨੇ, ਟੈਕਸਟ ਐਡੀਸ਼ਨ ਆ ਜਾਂਦਾ ਹੈ, ਕੰਪਰੈਸ਼ਨ ਯੂਟੀਲਿਟੀ ਆ ਜਾਂਦੀਆਂ ਨੇ, ਡਿਸਕ ਫਰੈਗਮੈਂਟੇਸ਼ਨ ਆ ਜਾਂਦੀ ਹੈ, ਤੇ ਐਂਟੀਵਾਇਰਸ ਸੋਫਟਵੇਅਰ ਆ ਜਾਂਦਾ। ਹੁਣ ਇਹ ਜਿੰਨੇ ਵੀ ਆਪਾਂ ਨੇ ਕੀਤੇ ਨੇ ਸੋਫਟਵੇਅਰ, ਇਹ ਜਿਹੜੀਆਂ ਤਿੰਨ ਕਿਸਮਾਂ ਕੀਤੀਆਂ ਨੇ, ਇਹਨਾਂ ਨੂੰ ਆਪਾਂ ਅਲੱਗ ਅਲੱਗ ਤਿੰਨ ਤੁਹਾਡੇ 9 ਕੁਐਸਚਨ ਬਣ ਜਾਣਗੇ ਵੀ ਐਪਲੀਕੇਸ਼ਨ ਸੋਫਟਵੇਅਰ ਕੀ ਹੁੰਦਾ, ਸਿਸਟਮ ਸੋਫਟਵੇਅਰ ਕੀ ਹੁੰਦਾ, ਸਰਵਿਸ ਸੋਫਟਵੇਅਰ ਕੀ ਹੁੰਦਾ। ਯਾਨੀ ਕਿ ਇਹ ਡਾਇਗ੍ਰਾਮ ਵੀ ਆਪਾਂ ਨੇ ਥਰਡ ਕੁਐਸਚਨ 'ਚ ਬਣਾਉਣੀ ਹੈ। ਨੈਕਸਟ ਹੁਣ ਤੁਹਾਡਾ ਪਹਿਲਾਂ ਆਪਾਂ ਇਹੀ ਕਰਾਂਗੇ, ਵਟ ਇਜ਼ ਐਪਲੀਕੇਸ਼ਨ ਸੋਫਟਵੇਅਰ। ਐਪਲੀਕੇਸ਼ਨ ਸੋਫਟਵੇਅਰ ਕਿਹੜਾ ਸੋਫਟਵੇਅਰ ਹੁੰਦਾ ਤੇ ਕਿੰਨੇ ਹਿੱਸਿਆਂ ਵਿੱਚ ਡਿਵਾਈਡਡ ਹੁੰਦਾ ਹੈਗਾ? ਐਪਲੀਕੇਸ਼ਨ ਸੋਫਟਵੇਅਰ ਐਸੇ ਪ੍ਰੋਗਰਾਮਾਂ ਦਾ ਸਮੂਹ ਹੁੰਦਾ, ਗਰੁੱਪ ਹੁੰਦਾ, ਜਿਸ ਨੂੰ ਕਿ ਯੂਜ਼ਰ ਦੁਆਰਾ ਕਿਸੇ ਵੀ ਸਪੈਸ਼ਲ ਪ੍ਰੋਬਲਮ ਨੂੰ ਹੱਲ ਕਰਨ ਦੇ ਲਈ ਤਿਆਰ ਕੀਤਾ ਜਾਂਦਾ। ਜਿਵੇਂ ਵਰਡ ਪ੍ਰੋਸੈਸਿੰਗ ਲਈ ਤਿਆਰ ਕੀਤਾ ਗਿਆ ਐਪਲੀਕੇਸ਼ਨ ਸੋਫਟਵੇਅਰ ਹੈ ਹੁੰਦਾ, ਉਹ ਡਾਕੂਮੈਂਟ ਲਿਖਣ ਨੂੰ, ਐਡਿਟ ਕਰਨ ਨੂੰ, ਦੇਖਣ ਵਾਸਤੇ, ਫਾਰਮੈਟ ਕਰਨ ਵਾਸਤੇ, ਸਟੋਰ ਕਰਨ ਵਾਸਤੇ ਤੇ ਪ੍ਰਿੰਟ ਕਰਨ ਦੇ ਲਈ ਯੂਜ਼ ਕੀਤਾ ਜਾਂਦਾ ਹੈਗਾ। ਐਪਲੀਕੇਸ਼ਨ ਸੋਫਟਵੇਅਰ ਪੈਕੇਜ ਦੇ ਵਿੱਚ ਜਿਹੜਾ ਪ੍ਰੋਗਰਾਮਾਂ ਦੇ ਸਮੂਹ ਨੂੰ, ਜਿਹੜਾ ਗਰੁੱਪ ਆਫ ਪ੍ਰੋਗਰਾਮਸ ਹੁੰਦਾ, ਉਸਨੂੰ ਆਪਾਂ ਐਪਲੀਕੇਸ਼ਨ ਪ੍ਰੋਗਰਾਮਸ ਕਹਿੰਦੇ ਹਾਂ। ਤੇ ਜਿਹੜਾ ਵਿਅਕਤੀ ਇਹਨਾਂ ਸੋਫਟਵੇਅਰ ਨੂੰ ਤਿਆਰ ਕਰਦਾ ਹੈਗਾ, ਜਿਹੜੇ ਐਪਲੀਕੇਸ਼ਨ ਪ੍ਰੋਗਰਾਮ ਤਿਆਰ ਕੀਤੇ ਜਾਂਦੇ ਹੈ, ਉਹਨਾਂ ਨੂੰ ਆਪਾਂ ਐਪਲੀਕੇਸ਼ਨ ਸੋਫਟਵੇਅਰ ਪ੍ਰੋਗਰਾਮਰਸ ਕਹਿੰਦੇ ਹਾਂ। ਠੀਕ ਹੈ, ਯਾਨੀ ਕਿ ਜਿਹੜੇ ਪ੍ਰੋਗਰਾਮਾਂ ਦਾ ਗਰੁੱਪ ਹੁੰਦਾ ਹੈ ਉਸਨੂੰ ਐਪਲੀਕੇਸ਼ਨ ਪ੍ਰੋਗਰਾਮ ਕਿਹਾ ਜਾਂਦਾ ਹੈਗਾ, ਜਿਹਨਾਂ ਦੇ ਵਿੱਚ ਐਪਲੀਕੇਸ਼ਨ ਸੋਫਟਵੇਅਰ ਪੈਕੇਜ ਹੁੰਦੇ ਆ। ਕਈ ਵਾਰ ਤੁਹਾਨੂੰ ਇਹ ਵਿੱਚੋਂ ਵਿੱਚੋਂ ਆ ਜਾਂਦਾ ਹੈਗਾ ਕੁਸ਼ਚਨ, ਵੀ ਇੱਕ ਨੰਬਰ ਦਾ ਕੁਸ਼ਚਨ ਆ ਜਾਂਦਾ ਹੈ ਵੀ ਐਪਲੀਕੇਸ਼ਨ ਪ੍ਰੋਗਰਾਮਸ ਕੀ ਹੁੰਦੇ ਨੇ। ਐਪਲੀਕੇਸ਼ਨ ਸੋਫਟਵੇਅਰ ਪੈਕੇਜ ਦੇ ਵਿੱਚ ਜਿਹੜੇ ਪ੍ਰੋਗਰਾਮਾਂ ਦਾ ਗਰੁੱਪ ਇੰਕਲੂਡ ਹੁੰਦਾ ਹੈ, ਸ਼ਾਮਿਲ ਹੁੰਦਾ, ਉਹਨਾਂ ਨੂੰ ਆਪਾਂ ਐਪਲੀਕੇਸ਼ਨ ਪ੍ਰੋਗਰਾਮ ਕਹਿੰਦੇ ਹਾਂ। ਤੇ ਜਿਹੜੇ ਇਹ ਐਪਲੀਕੇਸ਼ਨ ਸੋਫਟਵੇਅਰ ਪੈਕੇਜ ਤਿਆਰ ਕਰਦੇ ਨੇ ਉਹਨਾਂ ਨੂੰ ਆਪਾਂ ਐਪਲੀਕੇਸ਼ਨ ਸੋਫਟਵੇਅਰ ਪ੍ਰੋਗਰਾਮਰਸ ਕਿਹਾ ਜਾਂਦਾ ਹੈ। ਹੁਣ ਆ ਜਾਂਦਾ ਹੈਗਾ ਤੁਹਾਡਾ ਜਿਹੜਾ ਐਪਲੀਕੇਸ਼ਨ ਸੋਫਟਵੇਅਰ ਪ੍ਰੋਗਰਾਮ ਹੈਗਾ, ਅੱਗੇ ਇਹਦੇ ਵਿੱਚ ਕਿਸਮਾਂ ਨੇ, ਇਹਦੀਆਂ ਐਗਜ਼ਾਮਪਲਸ ਨੇ। ਫਸਟ ਤੁਹਾਡੀ ਇਹਦੇ ਵਿੱਚ ਆ ਜਾਂਦੀ ਹੈ ਵਰਡ ਪ੍ਰੋਸੈਸਿੰਗ
सॉफ्टवेयर वर्ड प्रोसैसिंग सॉफ्टवेयर जिहड़ा प्रोसैसर हुंदा है जिवें एम एस वर्ड हो गया वर्ड परफेक्ट हो गया यह सारिया जिहड़े सॉफ्टवेयर ने रिपोर्ट तैयार करन दे लई कोई लैटर नूं या टैक्स्ट नूं लिखण दे लई ग्राफिक नूं एंटर करन दे लई या उसकी बनाव स्ट्रक्चर नूं ठीक करन दी सानूं जिहड़ी है फैसिलिटी प्रोवाइड करदे ने यानी कि स्ट्रक्चर नूं जिहड़ा है ठीक करन वाले जिहड़े ऑप्शंस ने उन्हां दे विच आपां टैक्स्ट दे जिहड़ा वी है साइज़ नूं टैक्स्ट दा फॉन्ट लाइन स्पेसिंग पेज मार्जन ये सारिया चीजा इन्हां दे विच इंक्लूड हुंदियां ने। पहला वाले जिहड़े वर्ड प्रोसैसर सी उन्हां दी जिहड़ी कंपैरिजन जिहड़े अजकल जिहड़े हैगे है तुसीं वर्ड प्रोसैसर देखदे हो यानी कि जो तुसीं देखदे हो उही चीज आपां प्राप्त करदे हां ते जिहड़े है बेस हुंदे ने। अज दे वर्ड प्रोसैसर दे विच स्क्रीन दे उत्ते जो कुछ भी डिस्प्ले हुंदा हैगा उह डिस्प्ले प्रिंट दे नतीजे दे बहुत ज्यादा नेड़े हुंदा हैगा। ये टैक्सट उपर ही ब्लॉक का काम भी करते हैं जिमें कॉपी कटिंग पेस्टिंग यानी कि जिमें अपने कोई किसी भी टैक्सट को कॉपी करना है कोई जड़ा है विचों अपने क्रॉप करना है कट के अपने पेस्टिंग करनी है स्पेलिंग चेकिंग हैगी है या जड़ा है डैस्कटॉप पब्लिशन तो भी यह अगे चला जाता है। इस दे विच कई आप बुक्स मैगजीनस न जड़िया न्यूज है लैटर्स है या जड़ा है ये जी वर्ड प्रोसैसर है किनिया भी कॉम्प्लीकेटिड रिपोर्ट्स है उन्होंने लिए इसकी वरतों की जाती है। सैकेंडली तुहाडा इहदे विच आ जाता है स्प्रैडशीट एप्लीकेशन। स्प्रैडशीट सॉफ्टवेयर कि सॉफ्टवेयर होंगे जिमें कि एम एस एक्सल जेडे कि पहला जो है आप जो है वर्ड किया स्प्रैडशीट सॉफ्टवेयर एम एस एक्सल जो है यूज किया जाता है। इस जो यूजर है जिमें कि आप मैथमेटिकल कैलकुलेशन करन दे लई इसकी वरतों करते हैं और इन्हां जेडे भी आप जो रिजल्ट है अपन मिलते हैं वो चार्ट के रूप में आप उसको डिस्क्राइब कर सकते हैं यानी कि इस जो यूजर्स हैं वो जो ने अपना काम रो एंड कॉलम वाली शीट के उत्ते करते हैं जिमें हरेक रो या कॉलम का जो कॉम्बीनेशन होंगे उसनों तुसीं सैल कहने हो। इस विच टैक्सट भी हो सकता है किसी भी तरह दिया नंबर्स भी हो सकते हैं फॉर्मूलेज भी हो सकते हैं। फार्मूल जिन्हें भी फार्मूलेज हैं उन्होंने यूज करके आप सैल्स के यानी कि रो एंड कॉलम के जेडे कॉम्बीनेशन है उस दे जड़ी भी इनफॉर्मेशन हैगी है उन्होंने आधार से आप जड़े ने रिजल्ट्स प्राप्त कर सकते हैं। पर इस जड़ा है फार्मूले जड़े ने वो सिर्फ रो एंड कॉलम दे बेस दे उत्ते ही यानी कि सैल दे विच जड़े रो एंड कॉलम्स है उन्होंने बेस से यूज किए जाने दे इनफॉर्मेशन दे बेस दे नहीं। इसलिए जेकर सैल विच जड़ी है कोई भी इनफॉर्मेशन कोई यानी कि रो एंड कॉलम दे विच बाई चांस कोई इनफॉर्मेशन चेंज की जाती है तो जिहड़ा फॉर्मूला आपने लगाया होया है वो अपने आप ही दोबारा लग के अपने आप दोबारा कैलकुलेशन कर लैंदा है उसनू इहदी इनफॉर्मेशन देने की लोड़ नहीं पैंदी है कि भी तू फॉर्मूला दोबारा लगाना है। तीसरा साढ़े को आ जाता है DBMS यानी कि डेटाबेस मैनेजमेंट एप्लीकेशन। डेटाबेस सॉफ्टवेयर जिहड़ा हैगा एम एस 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 या फाइल मेकर प्रो जिहड़ा यूजर नूं जानकारी दी बहुत वड्डी मात्रा दे विच यानी कि जिहड़ी है बहुत ज्यादा जिहड़ा ज्यादा जिहड़ा है संख्या दे विच उसनूं जोड़ना या कटना भी जिहड़ा है एक बार दे विच फैसिलिटी प्रोवाइड करता है। यह यूजर नूं अपनी इच्छा अनुसार जे आपां चाहुंदे हां तां किसी भी इनफॉर्मेशन नूं दोबारा प्राप्त करन दी सानूं फैसिलिटी प्रोवाइड करता है। एक जिहड़ा है ऑर्गेनाइज्ड डेटाबेस विच डेटा टेबल्स हुंदियां ने जिहड़ियां कि रिकॉर्ड ते फील्ड दे जिहड़े ने ढांचे दे विच व्यवस्थित कीतियां हुंदियां ने जिवें कि किसी भी कंपनी दी आपां ने टेबल तैयार करना है सारणी जिसनों आप कहने शड्यूल कहने भी उन्होंने किन्ने कस्टमर ने किन्ने उन्होंने ऑर्डर की संख्या है किन्ने अपने ऑर्डर देते ये सारा कुछ जो है आप डेटाबेस मैनेजमेंट के तैयार कर सकते हैं।
फोर्थ ਤੁਹਾਡਾ ਆ ਜਾਂਦਾ ਹੈਗਾ ਤੁਹਾਡਾ ਕਮਿਊਨੀਕੇਸ਼ਨ ਸੌਫਟਵੇਅਰ। ਕਮਿਊਨੀਕੇਸ਼ਨ ਸੌਫਟਵੇਅਰ ਮੀਨਸ ਸੰਚਾਰ ਵਾਲਾ ਸੌਫਟਵੇਅਰ। ਦੂਰ ਦੂਰ ਥਾਵਾਂ ਤੇ ਯਾਨੀ ਕਿ ਜਿਹੜੇ ਮੌਜੂਦ ਹੋਣ ਤੇ ਬਾਵਜੂਦ ਵੀ ਅਲੱਗ ਅਲੱਗ ਯੂਜ਼ਰ ਜਿਹੜੇ ਨੇ ਮਤਲਬ ਅਲੱਗ ਅਲੱਗ ਥਾਵਾਂ ਤੇ ਹੋਣ ਦੇ ਬਾਵਜੂਦ ਵੀ ਜਿਹੜੇ ਅਲੱਗ ਅਲੱਗ ਯੂਜ਼ਰ ਹੈ ਇਸ ਸੌਫਟਵੇਅਰ ਨੂੰ ਯੂਜ਼ ਕਰਕੇ ਆਪਣੀ ਇਨਫੋਰਮੇਸ਼ਨ ਨੂੰ ਆਪਣੇ ਰਿਸੋਰਸਿਸ ਨੂੰ ਐਕਸਚੇਂਜ ਕਰ ਸਕਦੇ ਹਾਂ। ਇਹ ਜਿਹੜੇ ਸੌਫਟਵੇਅਰ ਹੁੰਦੇ ਨੇ ਤਾਰਾਂ ਵਾਲੇ ਵੀ ਹੋ ਸਕਦੇ ਨੇ ਔਰ ਬਿਨਾਂ ਤਾਰਾਂ ਵਾਲੇ ਵੀ, ਯਾਨੀ ਕਿ ਵਾਇਰਲੈਸ ਵਾਲੇ ਵੀ ਹੋ ਸਕਦੇ ਨੇ, ਕੇਬਲ ਵਾਲੇ ਵੀ ਹੋ ਸਕਦੇ ਨੇ। ਇਹਨਾਂ ਦੇ ਦੁਆਰਾ ਤੁਸੀਂ ਜਿਹੜਾ ਹੈ ਨੈਟਵਰਕ ਦੇ ਦੁਆਰਾ ਆਪਾਂ ਕਮਿਊਨੀਕੇਟ ਕਰ ਸਕਦੇ ਹਾਂ। ਫਿਰ ਤੁਹਾਡਾ ਆ ਜਾਂਦਾ ਹੈ ਗ੍ਰਾਫਿਕ ਐਪਲੀਕੇਸ਼ਨ। ਗ੍ਰਾਫਿਕ ਐਪਲੀਕੇਸ਼ਨ ਕੀ ਸੋਫਟਵੇਅਰ ਕਿਹੜਾ ਹੁੰਦਾ ਹੈ ਜਿਸ ਦੇ ਵਿੱਚ ਅਡੋਬ ਫੋਟੋਸ਼ਾਪ ਜਾਂ ਇਲਸਟ੍ਰੇਟਰ ਦਾ ਪ੍ਰਯੋਗ ਕਰਕੇ ਡਿਜੀਟਲ ਮੀਡੀਆ ਜਿਹੜੇ ਹੈਗੇ ਹੈ ਉਹਨਾਂ ਦੇ ਦੁਆਰਾ ਆਪਾਂ ਕੋਈ ਆਰਟ ਪਿਕਚਰਸ ਜਾਂ ਫੋਟੋਸ ਬਣਾਉਣ ਦੇ ਲਈ ਯੂਜ਼ ਕਰਦੇ ਹਾਂ। ਇਸਦਾ ਜਿਹੜਾ ਹੈ ਆਮ ਕਰਕੇ ਜਿਹੜੇ ਵਰਤੋਂ ਹੈ ਸਕੈਨਰਸ ਜਾਂ ਡਿਜੀਟਲ ਕੈਮਰਿਆਂ 'ਤੇ ਲੱਗੀਆਂ ਹੋਈਆਂ ਜਿਹੜੀਆਂ ਫੋਟੋਜ਼ ਹੁੰਦੀਆਂ ਉਹਨਾਂ ਫੋਟੋਜ਼ ਨੂੰ ਐਡਿਟ ਕਰਨ ਦੇ ਲਈ ਇਹਨਾਂ ਨੂੰ ਗ੍ਰਾਫਿਕ ਐਪਲੀਕੇਸ਼ਨ ਸੋਫਟਵੇਅਰ ਨੂੰ ਯੂਜ਼ ਕੀਤਾ ਜਾਂਦਾ ਹੈਗਾ। ਇਸ ਦੇ ਵਿੱਚ ਤੁਸੀਂ ਜਿਹੜੀ ਪਿਕਚਰਸ ਹੁੰਦੀਆਂ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਤੋੜ ਕੇ ਮੋੜ ਕੇ ਮਤਲਬ ਆਪਾਂ ਕਿਸੇ ਵੀ ਤਰ੍ਹਾਂ ਕੋਈ ਜਿਹੜਾ ਹੈ ਐਡਿਟ ਕਰਨਾ ਚਾਹੁੰਦੇ ਹਾਂ ਤਾਂ ਆਪਾਂ ਉਹ ਜਿਹੜੀ ਹੈ ਐਡਿਟ ਕਰ ਸਕਦੇ ਹੈਗੇ ਹਾਂ। ਨੈਕਸਟ ਤਰ੍ਹਾਂ ਆ ਜਾਂਦਾ ਹੈ ਪ੍ਰੈਜੈਂਟੇਸ਼ਨ ਐਪਲੀਕੇਸ਼ਨ। ਪ੍ਰੈਜੈਂਟੇਸ਼ਨ ਐਪਲੀਕੇਸ਼ਨ ਕੀ ਹੈ ਜਿਹੜੀ ਐਪਲੀਕੇਸ਼ਨ ਹੈ MS ਪਾਵਰਪੁਆਇੰਟ ਦੇ ਵਿੱਚ ਤਿਆਰ ਕੀਤੀ ਜਾਂਦੀ ਹੈ। ਜਿਵੇਂ ਕਿ ਮਤਲਬ ਇਹਦੀ ਜਿਹੜੀ ਐਗਜ਼ਾਮਪਲ ਹੈ ਯਾਨੀ ਕਿ ਪ੍ਰੈਜੈਂਟ ਸੋਫਟਵੇਅਰ ਜਿਵੇਂ ਕਿ MS ਪਾਵਰਪੁਆਇੰਟ ਦਾ ਪ੍ਰਯੋਗ ਕਰਕੇ ਆਪਾਂ ਟੈਕਸਟ ਜਾਂ ਗ੍ਰਾਫਿਕ ਵਾਲੀਆਂ ਜਿਹੜੀਆਂ ਸਲਾਈਡਸ ਨੇ ਉਹਨਾਂ ਨੂੰ ਬਣਾਉਣ ਦੇ ਲਈ ਆਪਾਂ ਪ੍ਰੈਜੈਂਟ ਕਰਨ ਦੇ ਲਈ ਯੂਜ਼ ਕੀਤੇ ਹਾਂ। ਇਹ ਆਵਾਜ਼ ਯਾਨੀ ਕਿ ਵੋਇਸ ਜਾਂ ਵਿਜ਼ੂਅਲ ਇਫੈਕਟਸ ਨੂੰ ਵੀ ਆਪਾਂ ਆਪਣੀ ਪ੍ਰੈਜੈਂਟੇਸ਼ਨ ਦੇ ਵਿੱਚ ਐਂਟਰ ਕਰਨ ਦੇ ਵਿੱਚ ਇਹ ਸਾਨੂੰ ਹੈਲਪ ਕਰਦਾ ਹੈ। ਇਹ ਸੋਫਟਵੇਅਰ ਕਿਸੇ ਵੀ ਕੰਪਨੀ ਨੇ ਜੇ ਆਪਾਂ ਪ੍ਰੋਡਕਟ ਨੂੰ ਐਡਵਰਟਾਈਜ਼ਮੈਂਟ ਦੇ ਥਰੂ ਆਪਾਂ ਬੜੇ ਹੀ ਅਟਰੈਕਟਿਵ ਵੇ ਦੇ ਨਾਲ ਆਪਾਂ ਬਣਾਉਣਾ ਚਾਹੁੰਦੇ ਹਾਂ ਤਾਂ ਆਪਾਂ ਇਸ ਪ੍ਰੈਜੈਂਟੇਸ਼ਨ ਦੇ ਥਰੂ ਜਿਹੜਾ ਹੈ ਬਣਾ ਕੇ ਇਸ ਸੋਫਟਵੇਅਰ ਦੇ ਥਰੂ ਬਣਾ ਕੇ ਆਪਾਂ ਰੀਪ੍ਰਜੈਂਟ ਕਰ ਸਕਦੇ ਹਾਂ। ਨੈਕਸਟ ਤੁਹਾਡਾ ਆ ਜਾਂਦਾ ਹੈ ਇੰਟੀਗ੍ਰੇਟਿਡ ਐਪਲੀਕੇਸ਼ਨ। ਇੰਟੀਗ੍ਰੇਟਿਡ ਐਪਲੀਕੇਸ਼ਨ ਕੀ ਹੁੰਦਾ ਹੈ? ਐਸਾ ਸੋਫਟਵੇਅਰ ਜਿਸਦੇ ਵਿੱਚ ਮਾਈਕਰੋਸੋਫਟ ਵਰਡ ਜਾਂ ਐਪਲ ਵਰਕਸ ਬਹੁਤ ਸਾਰੇ ਅਲੱਗ ਅਲੱਗ ਐਪਲੀਕੇਸ਼ਨ ਫੰਕਸ਼ਨ ਨੂੰ ਇੱਕੋ ਹੀ ਐਪਲੀਕੇਸ਼ਨ ਦੇ ਵਿੱਚ ਇੰਟੀਗ੍ਰੇਟ ਕੀਤਾ ਜਾਂਦਾ ਹੈ ਯਾਨੀ ਕਿ ਆਪਾਂ ਇਕੱਠਾ ਕਰਦੇ ਹਾਂ। ਪਰ ਅਲੱਗ ਅਲੱਗ ਪੈਕਜਾਂ ਦੇ ਜਿਹੜੇ ਤੁਹਾਡੇ ਪਰਸਨਲ ਮੈਡਿਊਲ ਹੁੰਦੇ ਨੇ MS ਸੁਆਈਟ ਵਿੱਚ ਸ਼ਾਮਿਲ ਅਲੱਗ ਅਲੱਗ ਐਪਲੀਕੇਸ਼ਨਾਂ ਵਾਂਗ ਜਿਹੜੇ ਨੇ ਇਹ ਪਾਵਰਫੁਲ ਨਹੀਂ ਹੁੰਦੇ ਹੈਗੇ। ਇਸ ਦੇ ਬਾਵਜੂਦ ਵੀ ਆਪਾਂ ਕਹਿੰਦੇ ਹਾਂ ਕਿ ਇਹ ਜਿਹੜੇ ਨੇ ਘਰੇਲੂ ਜਿਹੜੇ ਆਪਾਂ ਡੋਮੈਸਟਿਕ ਯੂਜ਼ਰਸ ਨੇ ਉਹਨਾਂ ਨੂੰ ਫਿਰ ਵੀ ਲੋਕ ਯੂਜ਼ ਕਰਦੇ ਨੇ ਕਿਉਂਕਿ ਇਹ ਬਹੁਤ ਹੀ ਘੱਟ ਕੀਮਤਾਂ ਦੇ ਉੱਪਰ ਯੂਜ਼ਰਸ ਨੂੰ ਜਿਹੜਾ ਹੈਗਾ ਹੈ ਫੈਸਿਲਿਟੀ ਪ੍ਰੋਵਾਈਡ ਕਰਦੇ ਨੇ। ਨੈਕਸਟ ਸਾਡਾ ਲਾਸਟ ਆ ਜਾਂਦਾ ਐਂਟਰਟੇਨਮੈਂਟ ਐਂਡ ਐਜੂਕੇਸ਼ਨਲ ਸੋਫਟਵੇਅਰ। ਯਾਨੀ ਕਿ ਬਾਜ਼ਾਰਾਂ ਦੇ ਵਿੱਚ ਹਜ਼ਾਰੋਂ ਸੋਫਟਵੇਅਰ ਐਸੇ ਨੇ ਜਿਹੜੇ ਕਿ ਪੜ੍ਹਾਈ ਵਾਸਤੇ, ਲਿਖਾਈ ਵਾਸਤੇ, ਖੇਡਾਂ ਵਾਸਤੇ ਜਾਂ ਜਾਣਕਾਰੀ ਦੇ ਸੰਗ੍ਰਹਿ ਕਿਸੇ ਵੀ ਇਨਫੋਰਮੇਸ਼ਨ ਨੂੰ ਕਲੈਕਟ ਕਰਨ ਵਾਸਤੇ ਸੰਬੰਧਿਤ ਹੁੰਦੇ ਨੇ। ਇਹ ਸੋਫਟਵੇਅਰ ਜਿਹੜੇ ਯੂਜ਼ਰ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਲਈ ਯੂਜ਼ ਕਰਦੇ ਨੇ ਤੇ ਆਨਲਾਈਨ ਜਿਹੜੀ ਹੈਗੀ ਹੈ ਕਿਸੇ ਵੀ ਤਰ੍ਹਾਂ ਦੀ ਆਪਾਂ ਨੇ ਪੇਪਰ ਦੇਣੇ ਆ ਉਹਨਾਂ ਦੇ ਵਿੱਚ ਮਦਦ ਕਰਦੇ ਨੇ। ਠੀਕ ਹੈ।